ਆਪਣੇ ਨਾਰੀ ਪਿੰਡ ਵਿੱਚੋਂ ਇਹ ਲੈ ਕੇ ਆ ਰਿਹਾ ਸੀ, ਸਾਂਭਰ ਨੂੰ ਸ਼ਿਕਾਰ ਕਰਕੇ ਬਾਹਰ ਆ ਰਿਹਾ ਸੀ। ਇਹਨੂੰ ਇੰਟਰਸੈਪਟ ਕੀਤਾ ਗਿਆ ਪਰ ਇਹਨੇ ਗੱਡੀ ਭਜਾ ਲਈ, ਪਰ ਇਹਨੂੰ ਫਿਰ ਆਪਾਂ ਘੇਰ ਕੇ ਉੱਥੇ ਤੋਂ ਜਿਹੜਾ ਇਹ ਮਾਲ ਬਰਾਮਦ ਕੀਤਾ, ਜਿਹਦੇ ਵਿੱਚੋਂ ਇੱਕ ਸਾਂਭਰ ਮਰਿਆ ਹੋਇਆ ਨਿਕਲਿਆ। ਉਹਦਾ ਜਿਹੜੇ ਫਿਰ ਇਹਦੇ ਦੱਸਣ ਮੁਤਾਬਕ ਫਿਰ ਸਾਰਿਆਂ ਉਹਦਾ ਜਿਹੜਾ ਹੈੱਡ ਉਹਦੀ ਸਕਿਨ ਜਿਹੜੀ ਉਹ ਜੰਗਲ 'ਚੋਂ ਜਿਹੜੀ ਬਰਾਮਦ ਕੀਤੀ ਗਈ। ਮੈਂ ਪਹਿਲੀ ਵਾਰੀ ਆਇਆ, ਪਹਿਲੀ ਵਾਰੀ ਆ ਤਾਂ ਲੱਗਦਾ ਨਹੀਂ ਹੈਗਾ? ਨਹੀਂ, ਪਹਿਲੀ ਵਾਰੀ ਆ। ਕਿੰਨਾ ਪਤਾ ਲੱਗਿਆ ਵੀ ਇਸ ਜੰਗਲ ਦੇ ਵਿੱਚ ਇਹ ਜਾਨਵਰ ਹੈਗਾ? ਅਸੀਂ ਜੰਗਲ ਦੇ ਰਸਤੇ 'ਚ ਦੇਖਦੇ ਸੀ। ਕਿਹੜੇ ਇਲਾਕੇ 'ਚ? ਕਿਹੜੇ ਇਲਾਕੇ 'ਚ? ਇਹ ਚਿੰਤਪੁਰਨੀ ਰੋਡ। ਉਹ ਸ਼ੀਪ ਇਹ ਖਰੀਦੇ ਆ ਇਹਨੇ ਕਿਤੇੋਂ, ਕਹਿੰਦਾ ਮੈਂ ਸ਼ੀਪ ਖਰੀਦੇ ਆ ਕਿਸੇ ਕੋਲੋਂ, ਉਹ ਵੀ ਜਿਹੜੇ ਨਾਲ ਉਹਦੇ ਮਿਲੇ ਆ, ਅਤੇ ਜਿਹੜਾ ਇਹ ਜਿਸ ਹਥਿਆਰਾਂ ਨਾਲ ਇਹਦਾ ਉਹਨੇ ਵਰਤੋਂ ਕੀਤੀ ਆ, ਉਹ ਵੀ ਜਿਹੜੇ ਅਸੀਂ ਬਰਾਮਦ ਕਰ ਲਏ ਆ। 32 ਬੋਰ ਅਤੇ 12 ਬੋਰ ਲਾਈਸੈਂਸ ਹੀ ਹੈਗੇ ਜੀ? ਕਿੰਨੇ ਬੰਦੇ ਸੀ? ਕੀ ਕਰਨਾ ਸੀਗਾ ਇਹਨੂੰ ਤੁਸੀਂ? ਇਹ ਮੀਟ ਵਾਸਤੇ ਹੀ ਲੱਗਿਆ, ਇਹ ਭੇਡਾਂ ਤਾਂ ਉੱਦਾਂ ਹੀ ਆ ਪਾਲਣ ਵਾਸਤੇ। ਇੱਕ ਡਾਟ ਵਗੈਰਾ ਹੋਰ ਛੋਟੇ ਮੋਟੇ ਹਥਿਆਰ ਹੈਗੇ ਸਰ? ਕੀ ਇਹ? ਹਾਂ, ਜਿਹੜੇ ਜਿਸ ਨਾਲ ਇਹਨੇ ਹੰਟ ਕੀਤਾ ਆ, ਉਹਦੇ ਵਿੱਚ ਇੱਕ 12 ਬੋਰ ਦੀ ਰਾਈਫਲ ਆ, ਇੱਕ ਜਿਹੜਾ 32 ਬੋਰ ਦਾ ਜਿਹੜਾ ਰਿਵਾਲਵਰ ਦੇ ਕੋਲੋਂ ਬਰਾਮਦ ਹੋਇਆ। ਯਾਰ ਇਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂ ਭਾਵੇਂ, ਕਿੰਨੇ ਬੰਦੇ ਸੀ? ਇੰਨਾ ਪੀਸ ਕੱਢਿਆ ਮੈਂ। ਇੱਕ ਮਿੰਟ, ਕੀ ਨਾਮ ਆਪਣਾ ਜੀ? ਨਿਤੇਸ਼ ਸੋਚੀ। ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦੇ? ਮੈਂ ਪਹਿਲੀ ਵਾਰੀ ਆਇਆ ਜੀ। ਪਹਿਲੀ ਵਾਰੀ ਆ ਤਾਂ ਲੱਗਦਾ ਨਹੀਂ ਹੈਗਾ? ਨਹੀਂ, ਪਹਿਲੀ ਵਾਰੀ ਆ। ਕਿੰਨਾ ਪਤਾ ਲੱਗਿਆ ਵੀ ਇਸ ਜੰਗਲ ਦੇ ਵਿੱਚ ਇਹ ਜਾਨਵਰ ਹੈਗਾ? ਅਸੀਂ ਜਾਂਦੇ ਤਾਂ ਰਸਤੇ 'ਚ ਦੇਖਦੇ ਸੀ। ਕਿਹੜੇ ਇਲਾਕੇ 'ਚ? ਕਿਹੜੇ ਇਲਾਕੇ 'ਚ? ਇਹ ਚਿੰਤਪੁਰਨੀ ਰੋਡ। ਹਥਿਆਰ ਕਿਹੜੇ ਕਿਹੜੇ ਸੀ ਤੁਹਾਡੇ ਕੋਲ? 32 ਬੋਰ ਅਤੇ 12 ਬੋਰ ਲਾਈਸੈਂਸ ਹੀ ਹੈਗੇ ਜੀ? ਕਿੰਨੇ ਬੰਦੇ ਸੀ? ਕੀ ਕਰਨਾ ਸੀਗਾ ਇਹਨੂੰ ਤੁਸੀਂ? ਇਹ ਮੀਟ ਵਾਸਤੇ ਹੀ ਲੱਗਿਆ। ਇਹਦਾ ਮੀਟ ਮਹਿੰਗਾ ਵਿਕਦਾ? ਨਹੀਂ ਨਹੀਂ, ਵੇਚ ਦਿੰਦੇ ਹਾਂ ਅਸੀਂ। ਤਾਂ ਫਿਰ ਹੋਰ ਕੀ ਕਰਦੇ ਹੋ ਮੀਟ ਨੂੰ? ਇਹਨੂੰ ਮਾਰ ਕੇ ਜਿਹੜਾ ਆ ਇਹਦਾ ਤੁਸੀਂ ਮੀਟ ਕਿੱਥੇ ਲੈ ਕੇ ਜਾਂਦੇ ਹੋ? ਭੇਡਾਂ ਬੰਦੇ ਕਿੰਨੇ ਸੀਗੇ ਤੁਸੀਂ? ਇਕੱਲੇ ਦਾ ਕੰਮ? ਇਕੱਲੇ ਇਕੱਲੇ ਸੀਗਾ। ਤੇ ਇਹ ਸਾਰਾ ਅਸਲਾ ਜੋ ਵੀ ਹੈ ਇਕੱਲਿਆਂ ਨੇ ਕੀਤਾ? ਭੇਡਾਂ ਕੀ ਕਰਨੀ? ਭੇਡਾਂ ਇਹ ਜਿਹੜੀ ਸ਼ਿਪ ਜਿਹੜੀ ਫੜੀਆਂ ਭੇਡਾਂ, ਇਹ ਕੀ ਕਰਨਾ ਸੀ ਤੁਸੀਂ ਇਹਨਾਂ ਨੂੰ? ਇਹ ਭੇਡਾਂ ਤਾਂ ਉੱਦਾਂ ਹੀ ਆ ਪਾਲਣ ਵਾਸਤੇ। ਕੀ ਮਾਮਲਾ ਕੀ ਹੈ ਜੀ? ਹੁਸ਼ਿਆਰਪੁਰ ਡਿਵੀਜ਼ਨ ਦੇ ਵਿੱਚ ਕਾਫੀ ਦਿਨਾਂ ਤੋਂ ਮੈਨੂੰ ਇਨਫੋਰਮੇਸ਼ਨ ਆ ਰਹੀ ਸੀ, ਕੁਛ ਬੰਦੇ ਜਿਹੜੇ ਆ ਹੁਸ਼ਿਆਰਪੁਰ ਡਿਵੀਜ਼ਨ ਦੇ ਵਿੱਚ ਨਾ ਨਜਾਇਜ਼ ਸ਼ਿਕਾਰ ਕਰਦੇ ਪਏ ਆ। ਇਸ ਲਈ ਜਿਹੜਾ ਰੇਂਜ ਅਫਸਰ ਦੀ ਸਪੈਸ਼ਲ ਜਿਹੜੀ ਪੈਟਰੋਲਿੰਗ ਲਈ ਡਿਊਟੀ ਲਗਾਈ ਗਈ ਸੀ, ਕੱਲ੍ਹ ਸ਼ਾਮੀ ਆਪਣੇ ਨਾਰੀ ਪਿੰਡ ਵਿੱਚੋਂ ਇਹ ਲੈ ਕੇ ਆ ਰਿਹਾ ਸੀ, ਸਾਂਭਰ ਨੂੰ ਸ਼ਿਕਾਰ ਕਰਕੇ ਬਾਹਰ ਆ ਰਿਹਾ ਸੀ। ਇਹਨੂੰ ਇੰਟਰਸੈਪਟ ਕੀਤਾ ਗਿਆ ਸਾਡੇ ਰੇਂਜ ਅਫਸਰ ਵੱਲੋਂ, ਪਰ ਇਹਨੇ ਗੱਡੀ ਭਜਾ ਲਈ, ਪਰ ਇਹਨੂੰ ਫਿਰ ਆਪਾਂ ਘੇਰ ਕੇ ਉੱਥੇ ਤੋਂ ਜਿਹੜਾ ਇਹ ਮਾਲ ਬਰਾਮਦ ਕੀਤਾ, ਜਿਹਦੇ ਵਿੱਚੋਂ ਇੱਕ ਸਾਂਭਰ ਮਰਿਆ ਹੋਇਆ ਨਿਕਲਿਆ। ਉਹਦਾ ਜਿਹੜੇ ਫਿਰ ਇਹਦੇ ਦੱਸਣ ਮੁਤਾਬਕ ਫਿਰ ਸਾਰਿਆਂ ਉਹਦਾ ਜਿਹੜਾ ਹੈੱਡ ਉਹਦੀ ਸਕਿਨ ਜਿਹੜੀ ਉਹ ਜੰਗਲ 'ਚੋਂ ਜਿਹੜੀ ਬਰਾਮਦ ਕੀਤੀ ਗਈ ਆ। ਜਿਸ ਤਰ੍ਹਾਂ ਇਹ ਲੱਗ ਰਿਹਾ ਵੀ ਇਹ ਕੋਈ ਪਹਿਲੀ ਵਾਰ ਨਹੀਂ, ਬੰਦਾ ਇਕੱਲਾ ਬੰਦਾ ਨਹੀਂ ਕਰ ਸਕਦਾ, ਪਹਿਲੀ ਵਾਰ ਨਹੀਂ ਕੀਤਾ, ਤੁਹਾਨੂੰ ਲੱਗਦਾ ਜਾਂਚ ਵਿੱਚ ਕੋਈ ਵੱਡਾ ਰੈਕਟ ਹੈਗਾ ਜਾਂ ਕੋਈ ਗਰੋਹ ਹੈਗਾ? ਹਾਂ, ਇਨਵੈਸਟੀਗੇਸ਼ਨ 'ਚ ਆਊਗਾ, ਇਹਦੇ ਨਾਲ ਕਾਫੀ ਬੰਦੇ ਲੱਗਦੇ ਆ, ਕਿਉਂਕਿ ਬਹੁਤ ਵੱਡਾ ਜਾਨਵਰ ਹੁੰਦਾ, ਇਕੱਲਾ ਬੰਦਾ ਇਹਨੂੰ ਇੱਦਾਂ ਇਹਦੀ ਕਰ ਨਹੀਂ ਸਕਦਾ ਸ਼ਿਕਾਰ। ਇਹਨੂੰ ਸਾਫ਼ ਵੀ ਕੀਤਾ ਗਿਆ, ਫਿਰ ਇਹਨੇ ਇਹਨੂੰ ਮੀਟ ਬਣਾ ਕੇ ਆਪਣੀ ਕਾਰ 'ਚ ਰੱਖਿਆ ਹੈ, ਇਹਦੇ ਨਾਲ ਬੰਦੇ ਹੋਰ ਵੀ ਹੈਗੇ ਆ, ਉਹਦੀ ਇਨਵੈਸਟੀਗੇਸ਼ਨ 'ਚ ਆਊਗਾ ਇੱਕ। ਇਹਨਾਂ ਕੋਲ ਕੋਈ ਹਥਿਆਰ ਜਾਂ ਕੋਈ ਜਿੰਦਾ ਜਾਨਵਰ ਵੀ ਮਿਲੇ ਨੇ? ਹਾਂ ਹਾਂ, 2 ਸ਼ੀਪ ਇਹ ਖਰੀਦੇ ਆ ਇਹਨੇ ਕਿਤੇੋਂ, ਕਹਿੰਦਾ ਮੈਂ ਸ਼ੀਪ ਖਰੀਦੇ ਆ ਕਿਸੇ ਕੋਲੋਂ, ਉਹ ਵੀ ਜਿਹੜੇ ਨਾਲ ਉਹਦੇ ਮਿਲੇ ਆ, ਅਤੇ ਜਿਹੜਾ ਜਿਸ ਹਥਿਆਰਾਂ ਨਾਲ ਇਹਦਾ ਉਹਨੇ ਵਰਤੋਂ ਕੀਤੀ ਆ, ਉਹ ਵੀ ਜਿਹੜੇ ਅਸੀਂ ਬਰਾਮਦ ਕਰ ਲਏ ਆ। ਕੀ ਕੀ ਹੈਗਾ ਜੀ? ਉਹਦੇ ਵਿੱਚ ਇੱਕ ਡਾਟ ਵਗੈਰਾ, ਹੋਰ ਛੋਟੇ ਮੋਟੇ ਹਥਿਆਰ ਹੈਗੇ ਸਰ? ਕੀ ਇਹ? ਹਾਂ, ਜਿਹੜੇ ਜਿਸ ਨਾਲ ਇਹਨੇ ਹੰਟ ਕੀਤਾ ਆ, ਉਹਦੇ ਵਿੱਚ ਇੱਕ 12 ਬੋਰ ਦੀ ਰਾਈਫਲ ਆ, ਇੱਕ ਜਿਹੜਾ 32 ਬੋਰ ਦਾ ਜਿਹੜਾ ਰਿਵਾਲਵਰ ਦੇ ਕੋਲੋਂ ਬਰਾਮਦ ਹੋਇਆ। ਅਤੇ ਹੁਣ ਅਗਲੀ ਕੀ ਕਾਰਵਾਈ ਕੀਤੀ ਜਾਏਗੀ ਡਿਪਾਰਟਮੈਂਟ ਵੱਲੋਂ? ਡਿਪਾਰਟਮੈਂਟ ਵੱਲੋਂ ਇਹਦੇ ਖਿਲਾਫ਼ ਜਿਹੜਾ ਪਰਚਾ ਦਰਜ ਕਰ ਲਿਆ ਗਿਆ, ਧਾਰਾ 9-39-50-51 ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਦੇ ਤਹਿਤ ਹੁਣ ਇਹਨੂੰ ਕੋਰਟ 'ਚ ਪੇਸ਼ ਕਰਾਂਗੇ ਆਪਣੇ ਉੱਥੇ, ਉਸ ਤੋਂ ਬਾਅਦ ਉਹਦੀ ਅਗਲੀ ਕਾਰਵਾਈ ਜਿਹੜੀ ਕਰਾਂਗੇ। ਲੱਗਦਾ ਵੀ ਇਹ ਕੋਈ ਪ੍ਰੋਫੈਸ਼ਨਲੀ ਹੈਗਾ ਜਾਂ ਕਿ ਜਦੋਂ ਕਹਿ ਰਿਹਾ ਵੀ ਮੈਂ ਇੱਕ ਫਸਟ ਟਾਈਮ ਆਇਆ? ਨਹੀਂ, ਇਹ ਲੱਗਦੇ ਤਾਂ ਇਹ ਰੈਕਟ ਹੀ ਆ, ਕੋਈ ਇਹ ਕਰਦੇ ਆ ਕੰਮ, ਇਹ ਜਿਹੜਾ ਟ੍ਰੇਡ ਦਾ ਕੰਮ ਕਰਦੇ ਆ ਇਹਦਾ, ਕਾਫੀ ਦਿਨਾਂ ਤੋਂ ਇਹ ਆ ਰਹੀ ਸੀ ਖਬਰ ਮੈਨੂੰ, ਪਰ ਇਹ ਲੋਕ ਕਾਬੂ ਨਹੀਂ ਆ ਰਹੇ ਸੀ। ਕੱਲ੍ਹ ਜਿਹੜਾ ਇਹਨਾਂ ਨੂੰ ਕਾਬੂ ਕੀਤਾ ਗਿਆ, ਉੱਥੇ ਇੰਟਰਸੈਪਟ ਕਰ। ਕਿੱਥੇ ਦੇ ਰਿਹਾ ਸ਼ਾਇਦ? ਇਹ ਭੋਗਪੁਰ ਦਾ ਰਹਿਣ ਵਾਲਾ ਬੰਦਾ ਆ, ਇਹ ਨਾਰੀ ਪਿੰਡ 'ਚ ਸ਼ਿਕਾਰ ਕਰਦਾ ਫੜਿਆ ਇਹਨੂੰ। ਓਕੇ।